ਮਸਜਿਦ ਦੇ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਧਾਰਮਿਕ ਸਮਾਗਮਾਂ ਦੀ ਆਰੰਭਤਾ ਨੇੜਲੇ ਪਿੰਡ ਲੋਗੜ ਫਿੱਡੇ ਦੇ ਡੇਰਾ ਬਾਬਾ ਮਸਜਿਦ ਅਤੇ ਰੋਡਾ ਜੀ ਦੇ ਅਸਥਾਨ ਉੱਤੇ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੀ ਅੱਜ ਸ਼੍ਰੀ ਅਖੰਡਵਾੜ ਸਾਹਿਬ ਦੇ ਨਾਲ ਨਾਲ ਆਰੰਭਤਾ ਹੋ ਗਈ। ਇਸ ਸੰਬੰਧੀ ਡੇਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਲੋਗੜ ਫਿੱਡੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਰਾ ਕਮੇਟੀ ਦੇ ਪ੍ਰਬੰਧਕਾਂ ਦੁਆਰਾ ਅੱਜ ਸ਼੍ਰੀ ਅਖੰਡਵਾੜ ਸਾਹਿਬ ਦੀ ਆਰੰਭਤਾ ਹੋ ਗਈ ਹੈ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਭਾਈ ਸਤਨਾਮ ਸਿੰਘ ਘਨੌਲੀ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 27 ਦਸੰਬਰ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਸੰਤ ਬਾਬਾ ਸੁਖਦੇਵ ਸਿੰਘ ਦੀ ਆਦਮਪੁਰ ਵਾਲੇ ਅਤੇ 28 ਨਵੰਬਰ ਨੂੰ ਰੱਖੇ ਸ਼੍ਰੀ ਅਖੰਡਵਾੜ ਸਾਹਿਬ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਡੇਰਾ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ, ਵਿਸਾਖਾ ਸਿੰਘ, ਅਵਤਾਰ ਸਿੰਘ, ਕਿਰਪਾਲ ਸਿੰਘ, ਸਾਧੂ ਸਿੰਘ, ਗੁਰਵਚਨ ਸਿੰਘ ਪਾਲੀ ਅਤੇ ਹੋਰ ਪਿੰਡ ਦੇ ਮੋਹਤਵਰ ਸੱਜਣ ਹਾਜ਼ਰ ਸਨ। ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਸ ਵੇਲੇ ਅਸੀਂ ਖੜ੍ਹੇ ਹਾਂ ਪਿੰਡ ਫਿੱਡਿਆਂ ਵਿਖੇ, ਜਿੱਥੇ ਬਾਬਾ ਮਸਜਿਦ ਸਥਾਨ 'ਤੇ, ਜਿੱਥੇ ਜਿਹੜਾ ਹਰ ਸਾਲ ਦੀ ਤਰ੍ਹਾਂ 58ਵੀਂ ਵਰਸੀ ਜਿਹੜੀ ਇਸ ਵਾਰੀ ਮਨਾਈ ਜਾ ਰਹੀ ਹੈ। ਸਾਡੇ ਪਿੱਛੇ ਸਾਰੇ ਕਮੇਟੀ ਮੈਂਬਰ ਖੜ੍ਹੇ ਹੋਏ ਹਨ ਅਤੇ ਸਾਰਾ ਜਿਹੜਾ ਵੇਰਵਾ ਜਿਹੜਾ ਬਿਲਕੁਲ ਸਾਡੇ ਪ੍ਰਧਾਨ ਜੀ ਹੈ ਦੱਸਣਗੇ ਪ੍ਰੋਗਰਾਮ ਕਿਸ ਤਰ੍ਹਾਂ ਹੋਣਗੇ। ਹਾਂਜੀ ਪ੍ਰਧਾਨ ਜੀ, ਦੱਸਿਓ ਜ਼ਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਮਸਜਿਦ ਦੀ 58ਵੀਂ ਵਰਸੀ ਮਨਾਈ ਜਾ ਰਹੀ ਹੈ। ਇਹ ਹਰ ਸਾਲ ਮਨਾਈ ਜਾਂਦੀ ਹੈ ਅਤੇ ਅਖੰਡ ਪਾਠ ਰੱਖਿਆ ਜਾਂਦਾ ਹੈ। ਇਹ ਮਾਤਾ ਦੀ ਅੰਤਿਮ ਇੱਛਾ ਸੀ ਕਿ ਮੇਰਾ ਸਧਾਰਨ ਪਾਠ ਕਰਾਇਆ ਜਾਵੇ ਜਾਂ ਅਖੰਡ ਪਾਠ ਕਰਾਇਆ ਜਾਵੇ। ਇਸ ਕਰਕੇ ਹਰ ਸਾਲ ਅਖੰਡ ਪਾਠ ਕਰਾਇਆ ਜਾਂਦਾ, ਜਿਹੜਾ ਕਿ 26, 27, 28 ਨੂੰ ਹੁੰਦਾ ਹੈ। ਇਸ ਤੋਂ ਪਹਿਲਾਂ ਨਗਰ ਕੀਰਤਨ ਕੱਢਿਆ ਜਾਂਦਾ, ਜਿਹੜਾ ਕਿ ਅੱਗੇ ਅਸੀਂ ਪਿੰਡ ਰਿਕਾਲੇ ਚੰਦਵੰਦ ਜਾਂਦੇ ਸੀ, ਫਿਰ ਇਸ ਵਾਰ ਅਸੀਂ ਕੁਛ ਕਾਰਨਾਂ ਕਰਕੇ ਉਹਨੂੰ ਕੈਂਸਲ ਕੀਤਾ। ਕਰੋਨਾ ਵਰਕੇ ਹਾਂਜੀ, ਉਹੀ ਕਾਰਨ ਕਰੋਨਾ ਕਰਕੇ ਕੀਤਾ। ਇਹ ਨਗਰ ਕੀਰਤਨ ਅਸੀਂ ਆਪਣੇ ਨਗਰ ਦੇ ਆਲੇ ਦੁਆਲੇ ਹੀ 5 ਪਿਆਰਿਆਂ ਦੀ ਅਗਵਾਈ 'ਚ ਮੁਕੰਮਲ ਕੀਤਾ ਅਤੇ ਅੱਜ ਅਖੰਡ ਪਾਠ ਸ਼ੁਰੂ ਹੋਇਆ। ਰਾਤ ਨੂੰ ਸਤਨਾਮ ਸਿੰਘ ਜੀ 7 ਤੋਂ 9 ਕੀਰਤਨ ਕਰਨਗੇ। ਕੱਲ੍ਹ ਨੂੰ 28-27 ਨੂੰ ਬਾਬਾ ਸੁਖਦੇਵ ਸਿੰਘ ਜੀ ਆਦਮਪੁਰ ਵਾਲੇ 7 ਤੋਂ 9 ਕੀਰਤਨ ਕਰਨਗੇ ਅਤੇ ਅਗਲੇ ਦਿਨ ਠੀਕ 11 ਵਜੇ ਭੋਗ ਪਾਇਆ ਜਾਊਗਾ, 28 ਤਰੀਕ ਨੂੰ। ਉਸ ਤੋਂ ਉਪਰੰਤ ਬਾਬਾ ਸੁਰਜਨ ਸਿੰਘ ਭੇਵੇ ਵਾਲੇ ਉਹ ਕੀਰਤਨ ਕਰਨਗੇ। ਉਸ ਤੋਂ ਬਾਅਦ ਫਿਰ ਰਾਗੀ ਢਾਡੀ ਆਪਣਾ 12 ਕਰਨਗੇ ਅਤੇ ਗੁਰੂ ਜੀ ਬਾਰੇ ਵਿਖਿਆਨ ਕਰਨਗੇ। ਦੂਸਰੀ ਗੱਲ ਦੱਸਿਓ ਵੀ ਜਿਹੜਾ ਕਰੋਨਾ ਦੇ ਕਰਕੇ ਖਾਸ ਹਦਾਇਤਾਂ ਆਪਣੀ ਜਨਤਾ ਨੂੰ, ਕੋਈ ਸੰਗਤਾਂ ਨੂੰ ਦੇਣਾ ਚਾਹੁੰਦੇ? ਅਸੀਂ ਬੇਨਤੀ ਕਰਦੇ ਹਾਂ ਸਾਰੇ ਸ਼ਰਧਾਲੂਆਂ ਨੂੰ ਵੀ ਆਪਣਾ ਸਿਰ ਮੂੰਹ ਢੱਕ ਕੇ ਆਉਣ, ਕੋਈ ਨਸ਼ਾ ਕਰਕੇ ਨਾ ਆਵੇ, ਕੋਈ ਖਲਬਲੀ ਨਾ ਮਚਾਵੇ ਅਤੇ ਥੋੜ੍ਹਾ ਡਿਸਟੈਂਸ ਵੀ ਰੱਖਣ। ਇੰਨੀ ਆਪਾਂ ਬੇਨਤੀ ਕਰਦੇ ਹਾਂ। ਇਹ ਹੁਣ ਸ਼ਰਧਾਲੂਆਂ ਨੂੰ ਚਾਹੀਦਾ ਵੀ ਸਾਡੀ ਬੇਨਤੀ ਨੂੰ ਸਵੀਕਾਰ ਕਰਨ।
ਕੋਵਿਡ-19 ਲੈ ਕੇ ਬਿਲਕੁਲ ਉਹ ਹੈ ਵੀ ਸਾਰੇ ਸੰਗਤ ਨੂੰ ਬੇਨਤੀ ਹੈ ਸੰਸਥਾ ਦੇ ਪ੍ਰਧਾਨ ਵੱਲੋਂ ਕਿ ਬਿਲਕੁਲ ਅਹਤਿਆਤ ਰੱਖਿਆ ਜਾਵੇ ਕਿਉਂਕਿ ਕੋਰੋਨਾ ਵਾਇਰਸ ਦੇ ਕਰਕੇ ਕਾਫੀ ਪ੍ਰੋਗਰਾਮ ਜਿਹੜੇ ਹੈ ਬਿਲਕੁਲ ਜਿਹੜੀ ਹੈ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਅੱਜ ਸਮਾਂ ਜਿਹੜਾ ਬਹੁਤ ਹੀ ਬਦਲ ਚੁੱਕਿਆ ਆਪ ਸਭ ਨੂੰ ਪਤਾ ਹੈ ਪਰ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਆਪ ਵੀ ਇਹਨਾਂ ਦਾ ਜਿਹੜਾ ਪਰਹੇਜ਼ ਰੱਖਣਾ ਜ਼ਰੂਰੀ ਹੈ।